तुसी देख रहे हो सिटी एम न्यूज़ ते मैं हाँ थोड़े नाल कपिल कत्याल। लुधियाने के टिब्बा पुल के उपर एक वड्डे हादसे जिहड़ी खबर सामने आ रही है। लुधियाने टिब्बा पुल के उपर एक प्राइवेट बस ते जिहड़ी एंबूलेंस दौरान जिहड़ी टक्कर हो जाती है भयानक टक्कर दे नाल जिहड़ी कि और इस टक्कर दे नाल जिहड़ी एंबूलेंस दे विच लगी जिहड़ी CNG किट लीक होण दे नाल लोकां दे विच जिहड़ा कि सहम दा माहौल बन जाता है। आओ तुहानू दिखाने आ ताजियां इस दीआं तस्वीरां ते लोकां नाल गल्लबात करदे आ ते जानदे आ कि इह जिहड़ी बस ते एंबूलेंस दौरान जिहड़ी टक्कर होई है की है इस दा पूरा मामला। ਨਹੀਂ ਕਿਹੜੀ ਗੱਡੀ ਨਾਲ ਟਕਰਾਇਆ? ਉਹ ਬੱਸ ਨਾਲ ਟਕਰਾਇਆ। ਤੇਜ ਕੌਣ ਸਾ? ਤੇਜ਼ੀ ਮੇ ਕੌਣ? ਇਹ ਜਲ ਤੇਜ਼ੀ ਮੇ ਥਾ ਐਂਬੂਲੈਂਸ ਵਾਲਾ ਬਾਈ ਗੱਡੀ ਦਾ ਲੀਕ ਹੋ ਰਹੀ ਹੈ ਹੁਣ ਕੀ ਕਰੀਏ ਦਾ ਕੋਈ ਹੱਲ ਕੋਈ ਚਾਹੀਦਾ ਕੋ ਪੋਸਟ ਨੂੰ ਫੋਨ ਲਾਓ ਤੁਸੀਂ ਵਾਰੇ ਤੇ ਟਾਂਕੇ ਲਾਵਾਂਗੇ ਤੇ ਨੇ ਪੋਸਟ ਡਾਉਨ ਲੋਡ ਕਰ ਦੇ ਕਟਾ ਤੁਸੀਂ ਇਹਨੂੰ ਚਾਹ ਥੋੜਾ ਉੱਤੇ ਚ ਬਾਈ ਪੁਲਿਸ ਨੂੰ ਫੋਨ ਕੀਤਾ ਉਹਨਾਂ ਨੇ ਐਂਬੂਲੈਂਸ ਵਾਲਿਆਂ ਨੇ ਕੀਤਾ ਪੁਲਿਸ ਨੂੰ ਉਹ ਐਂਬੂਲੈਂਸ ਵੀਰੇ ਆਏ ਕਰਦੇ ਆ ਹਾਂਜੀ ਬਹੁਤ ਤੇਜ਼ ਆਇਆ ਤੇ ਬੱਸ ਚੜਨ ਲੱਗੀ ਤੇ ਵਿੱਚ ਲਿਆ ਕੇ ਮਾਰੀ ਫਿਰ ਉੱਤਰ ਕੇ ਭੱਜ ਗਏ ਤੇ ਪਤਾ ਨਹੀਂ ਇਹਦਾ ਡਰਾਈਵਰ ਹੈ ਕਿੱਥੇ ਹੁਣ? ਪਤਾ ਨਹੀਂ ਵੀਰੇ ਭੱਜ ਗਿਆ ਗੱਡੀ ਛੱਡ ਕੇ ਭੱਜ ਗਿਆ। ਬਹੁਤ ਤੇਜ਼ ਗੱਡੀ ਆਈ ਹੈ, ਬਹੁਤ ਤੇਜ਼ ਆਈ ਹੈ। ਬੱਸ ਤੁਹਾਡੀ ਸੀਗੀ? ਹਾਂਜੀ। ਤੁਸੀਂ ਬੱਸ ਦੇ ਵਿੱਚ ਕਿੱਧਰੋਂ ਆ ਰਹੇ ਸੀਗੇ? ਹੋਰ ਰੇਸ ਦੇ ਦੀ ਉਰੇ ਆ ਕੇ ਹੋਰ ਰੇਸ ਦੇ ਦੀ ਆ ਹੁਣ ਵਿੱਚੋਂ CNG ਲੀਕ ਹੋ ਰਹੀ ਹੈ ਲੱਗਦਾ। ਹਾਂਜੀ ਵੀਰੇ ਬੰਦ ਨਹੀਂ ਹੋ ਰਹੀ ਹੈ, ਬੰਦ ਨਹੀਂ ਹੋ ਰਹੀ। ਤੁਸੀਂ ਕੋਸ਼ਿਸ਼ ਕੀਤੀ ਆ? ਹਾਂਜੀ ਜਾ ਕੇ। ਇਹਦਾ ਡਰਾਈਵਰ ਹੈਗਾ ਕਿਤੇ? ਡਰਾਈਵਰ ਵੀਰੇ ਭੱਜ ਗਏ, ਡਰਾਈਵਰ ਦੋਵੇਂ ਦੋਏ ਪੱਸੇ ਭੱਜ ਗਏ। ਦੋ ਬੰਦੇ ਸੀਗੇ? टाकी नाला उतर गई भाई। इनी तेज सी ना ये देख लो आप ही देखा और एक टक्कर पार किया हुआ है। हाँ बाप हाँ देख लो इतना पाय ना ना बच्चे कितना लोग आप निकल ना ना कितना ਕਿੱਥੇ ਚੱਲਿਆ ਸੀ? ਚੰਡੀਗੜ੍ਹ ਵਾਪਸ ਚੱਲਿਆ ਸੀ। ਡੈੱਡ ਬੋਡੀ ਛੱਡ ਕੇ ਆਇਆ ਸੀ ਚੰਡੀਗੜ੍ਹ? ਨਹੀਂ ਡੈੱਡ ਬੋਡੀ ਤਾਂ ਛੱਡ ਕੇ ਇੰਨੀ ਤੇਜ਼ੀ ਕਾਹਦੀ ਸੀ ਬਾਈ, ਦੱਸ ਮੈਨੂੰ। ਵੀਰੇ ਖਾਲੀ ਸੀ, ਉਹਨੇ ਇੰਡੀਕੇਟਰ ਹੀ ਨਹੀਂ ਦਿਆ ਮੈਨੂੰ। ਗੱਡੀ ਵੱਜੀ ਕਿੱਥੇ ਆ ਵੀਰੇ? ਵਿਚਮਾ ਸੀ, ਉੱਧਰ ਤੇ ਕੱਟ ਰਿਹਾ ਉਹ। ਵੀਰੇ ਗੱਡੀ ਸਿੱਧੀ ਚੜਦੇ ਹੋ, ਇੰਡੀਕੇਟਰ ਦਊਂ ਵੀਰੇ ਨੂੰ। ਯਾਰ ਇੰਡੀਕੇਟਰ ਨਾਲੇ ਗੱਡੀ ਦੇ ਕਿਹੜਾ ਫਰੰਟ ਤੇ ਵੱਜੀ ਆ, ਗੱਡੀ ਟਾਕੀ ਕੋਲੋਂ ਵੱਜੀ ਆ। ਟਾਕੀ ਕੋਲ ਤੇ ਫੇਰ ਹਾਂ ਅੱਖਾਂ ਨੇ ਕਿਹਦੇ ਟਿੱਕ ਬਣ ਚਰਾਸਤਾ ਹੈਗਾ। ਨਹੀਂ ਕਿੰਨੀ ਤੇਜ਼ ਸੀ ਗੱਡੀ? ਤੂੰ ਫੋਨ ਕਰਤਾ ਬਾਈ ਐਂਬੂਲੈਂਸ ਚਲਾਉਣਾ ਲੱਗਦਾ ਹੈ। ਸੋ ਲੋਕਾਂ ਦੇ ਵੱਲੋਂ ਕੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਿਹੜੀ ਐਂਬੂਲੈਂਸ ਦੀ ਜਿਹੜੀ ਸਪੀਡ ਕਾਫੀ ਜਿਹੜੀ ਤੇਜ਼ ਸੀ ਤਾਂ ਜਿਹੜੀ ਆਪਣੇ ਸੰਤੁਲਨ ਖੋਣ ਦੇ ਨਾਲ ਨਾਲ ਜਿਹੜੀ ਬੱਸ ਦੇ ਵਿੱਚ ਟੱਕਰ ਹੋ ਜਾਂਦੀ ਹੈ, ਬੱਸ ਦੇ ਨਾਲ ਉਹਦੀ ਟੱਕਰ ਹੁੰਦੀ ਹੈ ਤਾਂ ਜਿਸ ਦੇ ਨਾਲ ਕਿੱਟ ਲੀਕ ਹੋਣ ਦੇ ਕਾਰਨ ਜਿਹੜਾ ਡਰਾਈਵਰ ਆਪਣੀ ਗੱਡੀ ਵੀ ਛੱਡ ਕੇ ਭੱਜ ਜਾਂਦਾ ਮੌਕੇ ਦੇ ਉੱਤੋਂ। ਹੋਰ ਅਪਡੇਟ ਲਈ ਜੁੜੇ ਰਹੋ ਸਾਡੇ ਚੈਨਲ ਸਿਟੀ ਐਮ ਨਿਊਜ਼ ਨਾਲ। ਕੈਮਰਾ ਪਰਸਨ ਨਵਲ ਦੇ ਨਾਲ ਮੈਂ ਕਪਿਲ ਕਤਿਆਲ।